ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਪੰਜਾਬੀ ਵੀ ਹੈ, ਇੱਕ ਕਿਸਾਨ ਵੀ ਹੈਗਾ, ਇੱਕ ਸਿੱਖ ਵੀ ਹੈਗਾ ਔਰ ਉਮਰ ਦੇ ਤੀਜੇ ਪੜਾਅ 'ਚ ਇੱਕ ਬਜ਼ੁਰਗ ਵੀ ਹੈ। ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਕਹਿੰਦੇ ਆ ਕਿ ਬਜ਼ੁਰਗਾਂ ਨੂੰ ਅੱਗੇ ਆਉਣਾ ਚਾਹੀਦਾ। ਪੰਜਾਬ ਗੁਰੂਆਂ ਦੀ ਧਰਤੀ ਹੈ, ਪੰਜਾਬ ਗੱਲਬਾਤ ਦੇ ਰਾਹ ਦਾ ਮਦਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਖਿਆ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ, ਹਰ ਨਾਮੈ ਕੀ ਹੋਵੇ ਜੋੜੀ, ਗੁਰਮੁਖ ਬੈਸੋ ਸਦਾ ਸਫਾ ਵਿਛਾਈ। ਸਫਾ ਵਿਛਾ ਕੇ ਬਹਿ ਕੇ ਗੱਲਬਾਤ ਦੇ ਰਾਹੀਂ ਹੀ ਹਰ ਸਮੱਸਿਆ ਦਾ ਹੱਲ ਹੋ ਸਕਦਾ ਹੈ। ਕਿਛ ਸੁਣੀਏ ਕਿਛ ਕਹੀਏ, ਕਿਸੇ ਦੀ ਗੱਲ ਨੂੰ ਸੁਣਨਾ, ਉਹਦੇ 'ਤੇ ਵਿਚਾਰ ਕਰਨੀ, ਫਿਰ ਆਪਣੀ ਗੱਲ ਆਖਣੀ, ਇਹ ਗੁਰਮਤਿ ਦਾ ਸਿਧਾਂਤ ਹੈ। ਕਿਉਂਕਿ ਇਹ ਪੰਜਾਬ ਹੈ ਜਿਹਨੂੰ ਆਖੀਦਾ ਪੰਜਾਬ ਜਿਉਂਦਾ ਗੁਰਾਂ ਦੇ ਨਾਲ। ਲੇਕਿਨ ਪੰਜਾਬ ਪਿਛਲੇ ਕੁਛ ਸਮੇਂ ਤੋਂ, ਪਿਛਲੇ 70 ਸਾਲ ਤੋਂ ਜਾਂ 60 ਸਾਲ ਤੋਂ ਜਿਹੜਾ ਕਿਸੇ ਨਾ ਕਿਸੇ ਢੰਗ ਰਾਹੀਂ ਸ਼ਾਸਤਰ ਨੂੰ ਪਿੱਛੇ ਰੱਖ ਕੇ ਸ਼ਸਤਰ ਦੇ ਰਾਹ 'ਤੇ ਪਿਆ ਹੋਇਆ। ਅਸੀਂ ਨੈਕਸਲਿਜ਼ਮ ਦੇਖਿਆ, ਬੰਦੇ ਮਰਦੇ ਵੇਖੇ। ਅਸੀਂ ਪਿੱਛੇ ਜਿਹੜੀ ਇੰਨੀ ਵੱਡੀ ਲੜਾਈ ਦੇਖੀ, ਹਜ਼ਾਰਾਂ ਹੀ ਨੌਜਵਾਨ ਮਾਰੇ ਗਏ, ਬੇਗੁਨਾਹ ਘਰ ਬੈਠੇ ਦੁਕਾਨਦਾਰ ਮਾਰੇ ਗਏ, ਸੜਕਾਂ 'ਤੇ ਤੁਰੇ ਜਾਂਦੇ ਬੱਚੇ ਮਾਰੇ ਗਏ। ਉਹ ਲੋਕ ਮਾਰੇ ਗਏ ਜਿਨ੍ਹਾਂ ਦਾ ਕੋਈ ਕਿਸੇ ਵੀ ਘਟਨਾ ਨਾਲ ਸੰਬੰਧ ਨਹੀਂ ਸੀ। ਅੱਜ ਵੀ ਅਸੀਂ ਅਦਾਲਤਾਂ 'ਚ ਤੁਰੇ ਫਿਰਦੇ ਹਾਂ, ਕੁਛ ਬੰਦੇ ਕੈਦ ਹੋ ਗਏ, ਕੁਛ ਮਾਰੇ ਗਏ, ਕੁਛ ਅਦਾਲਤਾਂ 'ਚ ਮੁਕੱਦਮੇ ਪੁੱਗਦਿਆਂ ਖੱਟਿਆ, ਕੁਛ ਵੀ ਨਹੀਂ। ਪੰਜਾਬ ਉੱਜੜ ਗਿਆ। ਸਿਰਫ ਇਹੋ ਦੇਖਿਆ ਕਿ ਲੋਕ ਬਾਹਰ ਭੱਜ ਗਏ ਔਰ ਬਾਹਰ ਭੱਜਣ ਲਈ ਉੱਥੇ ਇਮੀਗ੍ਰੇਸ਼ਨ ਲੈਣ ਲਈ ਝੂਠੇ ਹੀ ਖਾਲਿਸਤਾਨੀ ਬਣ ਜਾਂਦੇ ਆ, ਤਾਂ ਕਿ ਸਾਨੂੰ ਉੱਥੇ ਜਾ ਕੇ ਪੋਲੀਟੀਕਲ ਅਸਾਇਲਮ ਮਿਲ ਜਾਏ, ਅਤੇ ਜਦੋਂ ਪੋਲੀਟੀਕਲ ਅਸਾਇਲਮ ਮਿਲ ਜਾਂਦੀ ਹੈ ਉਦੋਂ ਫਿਰ ਕੰਮ ਬੰਦ ਹੋ ਜਾਂਦਾ। ਸੋ ਮੈਂ ਆਪਣੇ ਪੰਜਾਬੀ ਵੀਰਾਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ ਸਿਰਫ ਬੇਨਤੀ ਕਰਨ ਲਈ ਹਾਜ਼ਰ ਹੋਇਆ ਕਿ ਗੌਰਮੈਂਟ ਆਪਣੀ ਹੈ, ਆਪਣੀ ਚੁਣੀ ਹੋਈ ਸਰਕਾਰ ਹੈ। ਤੁਸੀਂ ਸਭ ਜਾਣਦੇ ਹੋ ਇਲੈਕਸ਼ਨ ਦੇ ਨੇੜੇ ਹੈ, ਆਪਾਂ ਰਾਜਨੀਤੀ ਨੂੰ ਪਿੱਛੇ ਛੱਡੀਏ, ਪੰਜਾਬ ਨੂੰ ਅੱਗੇ ਵਧਾਈਏ। ਤੁਹਾਡੇ ਹੱਥ 'ਚ ਹੀ ਹੈ, ਤੁਸੀਂ ਬਹਿ ਕੇ ਗੱਲ ਕਰੋ ਆਪਣੀ ਕੋਈ ਗੱਲ। ਮੈਂ ਆਪਣੇ ਆਪ ਨੂੰ ਪੇਸ਼ ਕਰਦਾ ਤੁਹਾਡੇ ਅੱਗੇ, ਕੋਈ ਮੈਂ ਤੁਹਾਡੀ ਮਸਲੇ 'ਚ ਹੱਲ ਕਰ ਸਕਦਾ, ਮੈਂ ਤੁਹਾਡੇ ਨਾਲ ਹੈ। ਇੱਕ ਪੰਜਾਬੀ ਹਾਂ, ਇੱਕ ਕਿਸਾਨ ਹੈ, ਮੈਨੂੰ ਪਤਾ ਕਿਸਾਨ ਘਾਟੇ ਦਾ ਸੌਦਾ, ਲੇਕਿਨ ਜੈ ਜਵਾਨ ਜੈ ਕਿਸਾਨ ਇਸ ਕਰਕੇ ਨਾਰਾ ਬਣਿਆ ਸੀ ਕਿ ਦੇਸ਼ ਦੀ ਰਾਖੀ, ਦੇਸ਼ ਦੀ ਸੁਰੱਖਿਆ, ਦੇਸ਼ ਦਾ ਢਿੱਡ ਭਰਨਾ, ਇਹ ਕਿਸਾਨ ਦਾ ਕੰਮ ਹੈ। ਔਰ ਕਿਸਾਨ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਬੰਗਾਲ, ਸਾਰੇ ਪਾਸੇ ਕਿਸਾਨ ਜਿਹੜਾ ਤਰੱਕੀ ਕਰ ਰਿਹਾ, ਅੱਗੇ ਵੱਧ ਰਿਹਾ। ਔਰ ਉਹ ਜਦੋਂ ਅਸੀਂ ਪੰਜਾਬੀਆਂ ਨੇ, ਪੰਜਾਬੀ ਬੋਲਣ ਵਾਲਿਆਂ ਨੇ ਸੇਵਾ ਕਰਕੇ ਆਰਮੀ ਦੀ 1965 ਦੇ ਵਿੱਚ ਕੰਮ ਕੀਤਾ, ਅਤੇ ਸਾਡੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਕਿ ਪੰਜਾਬੀ ਦੀ ਗੱਲ ਮੰਨਣੀ ਚਾਹੀਦੀ ਹੈ। ਜੋ ਸੋਨਾ ਇਹਨਾਂ ਨੇ ਦਾਨ ਕੀਤਾ 1962 ਦੀ ਲੜਾਈ ਬਾਅਦ, ਜਾਂ ਜੋ ਕੁਰਬਾਨੀਆਂ ਕੀਤੀਆਂ, ਸਾਨੂੰ ਸਾਰੀ ਦੁਨੀਆ ਸਾਡੇ 'ਤੇ ਮਾਣ ਕਰਦੀ ਹੈ। ਅੱਜ ਆਪਾਂ ਪੁੱਠੇ ਰਾਹ ਨਾ ਪਈਏ, ਗੁਰੂ ਨਾਨਕ ਦਾ ਰਾਹ ਪਿਆਰ ਦਾ ਰਾਹ ਆ, ਗੁਰੂ ਨਾਨਕ ਦਾ ਰਾਹ ਕਿਸਾਨੀ ਲਈ ਵੀ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਕਿਸਾਨੀ ਉੱਤਮ ਕਿੱਤਾ, ਇੱਜ਼ਤ ਵਾਲਾ ਕਿੱਤਾ, ਰੋਟੀ ਦੇਣ ਵਾਲਾ ਕਿੱਤਾ, ਬਾਪ ਵਾਲਾ ਕਿੱਤਾ। ਆਪਾਂ ਆਪਣੇ ਸੁਭਾਅ ਨਾ ਬਦਲੀਏ, ਗੁਰਮਤਿ ਤੋਂ ਦੂਰ ਨਾ ਜਾਈਏ, ਇਕੱਠੇ ਹੋ ਕੇ ਬੈਠੀਏ, ਆਪਣੇ ਬੱਚੇ ਨਾ ਮਰਾਈਏ, ਨਾ ਕਿਸੇ ਦੇ ਮਾਰੀਏ।
ਅਸੀਂ ਜਾ ਕੇ ਸੜਕਾਂ ਰੋਕਾਂਗੇ। ਕਾਇਦਾ ਕਾਨੂੰਨ ਵੀ ਕੋਈ ਚੀਜ਼ ਹੈਗੀ ਹੈ, ਆਪਾਂ ਕਾਨੂੰਨ ਮੰਨਣੇ ਚਾਹੀਦਾ ਕਿ ਕਾਨੂੰਨ ਤੋੜਨ ਲਈ ਨਹੀਂ। ਕਿਸ ਗੱਲ ਲਈ ਕਾਨੂੰਨ ਤੋੜਨਾ? ਕਿਸਾਨ ਨੂੰ ਤਾਂ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ, ਕਿਉਂਕਿ ਅਸੀਂ ਤਾਂ ਹੱਥੋਂ ਦੇਣ ਵਾਲੇ ਲੋਕ ਹੈ। ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਸੋ ਮੈਂ ਸਾਰੇ ਪੰਜਾਬੀਆਂ ਨੂੰ, ਭੈਣਾਂ ਭਰਾਵਾਂ ਕੋਈ ਪਿੱਛੇ ਨਾ ਬੈਠੋ, ਅਪੀਲ ਕਰੋ, ਸਾਰੇ ਸਿੰਘਾਂ ਨੂੰ ਬੇਨਤੀ ਕਰੋ ਕਿ ਆਪਾਂ ਗੁਰਮਤਿ ਦਾ ਰਾਹ ਫੜੀਏ, ਇਕੱਠੇ ਹੋ ਕੇ ਬੈਠੀਏ, ਵਿਚਾਰ ਕਰੀਏ ਅਤੇ ਗੁਰਬਾਣੀ ਦੇ ਰਾਹ ਲੱਗ ਕੇ ਜਿਹੜੀ ਗੱਲਬਾਤ ਦਾ ਮਾਰਗ ਫੜੀਏ। ਤਾਂ ਮੈਂ ਪੰਜਾਬ ਦੀ ਸਰਕਾਰ ਨੂੰ, ਸਰ ਭਗਵੰਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਾ ਕਿ ਉਹ ਵੀ ਚੀਫ ਨੈਗੋਸ਼ੀਏਟਰ ਬਣ, ਇਹਦੇ 'ਚੋਂ ਰਾਜਨੀਤੀ ਲੱਭਣ ਦੀ ਕੋਸ਼ਿਸ਼ ਨਾ ਕਰੋ ਕੋਈ ਬੰਦਾ ਵੀ। ਜਿਹੜੇ ਪਿੱਛੇ ਬੈਠੇ ਭਰਾ ਲੱਗੇ ਹੋਏ ਨੇ, ਮੈਂ ਸਮਝਦਾ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਮਿਲ ਕੇ ਪੰਜਾਬ ਬਚਾਉਣਾ, ਸਾਰਿਆਂ ਨੂੰ ਹੀ ਮਿਲ ਕੇ। ਮੈਂ ਇਹ ਨਹੀਂ ਕਹਿ ਰਿਹਾ ਸਾਰੇ ਚੰਗੇ ਨੇ, ਸਾਰਿਆਂ 'ਚ ਚੰਗੇ ਲੋਕ ਬੈਠੇ ਆ, ਲੇਕਿਨ ਇਸ ਦੁੱਖ ਦੀ ਘੜੀ ਵਿੱਚ, ਇਸ ਮੁਸੀਬਤ ਦੀ ਘੜੀ ਵਿੱਚ, ਜਦੋਂ ਪੰਜਾਬ ਨੂੰ ਫਿਰ ਅੱਗ ਲੱਗਣ ਦੀ ਗੱਲ ਹੋ ਰਹੀ ਹੈ, ਤਾਂ ਆਪਣਾ ਸਭ ਦਾ ਫਰਜ਼ ਬਣਦਾ ਅਸੀਂ ਸਾਰੇ ਇਕੱਠੇ ਵੀ ਹੋਈਏ, ਵਿਚਾਰ ਵੀ ਕਰੀਏ। ਔਰ ਜਿਹੜੀ ਸਰਕਾਰਾਂ, ਆਪ ਵੀ ਸਰਕਾਰ 'ਚ ਬੈਠੇ ਹੋ, ਤੁਸੀਂ ਦੱਸ ਸਕਦੇ ਹੋ ਵੀ ਪੰਜਾਬ ਦੀ ਸਰਕਾਰ ਕੀ ਸਕਦੀ ਹੈ। ਕਾਂਗਰਸ ਨੇ ਸਰਕਾਰ ਹੰਢਾਈ ਹੈ, ਅਕਾਲੀ ਦਲ ਨੇ ਸਰਕਾਰ ਹੰਢਾਈ ਹੈ, ਭਾਰਤੀ ਜਨਤਾ ਪਾਰਟੀ ਵੀ ਉਹਦਾ ਹਿੱਸਾ ਰਹੀ ਹੈ। ਸੋ ਆਪਾਂ ਸਾਰਿਆਂ ਨੂੰ ਪਤਾ ਵੀ ਕਿਹੜੀ ਕਿਹੜੀ ਸਰਕਾਰ ਦੀਆਂ ਮੁਸੀਬਤਾਂ ਹੁੰਦੀਆਂ ਨੇ, ਕਿਵੇਂ ਇਹਨੂੰ ਹੱਲ ਕੀਤਾ ਜਾ ਸਕਦਾ, ਖੇਤੀ ਵੀ ਤਰੱਕੀ ਕਰੇ, ਕਿਸਾਨ ਵੀ ਅੱਗੇ ਵਧੇ, ਖੁਦਕੁਸ਼ੀਆਂ ਵਾਲੇ ਪਾਸੇ ਰਾਹ ਨਾ ਪਵੇ ਅਤੇ ਸਰਕਾਰਾਂ ਨਾਲ ਵੀ ਜਿਹੜੀ ਟਕਰਾਓ ਬੰਦ ਹੋਵੇ। ਇਹਨੂੰ ਅਸੀਂ ਇੱਕੋ ਰਾਹ, ਗੁਰੂ ਨਾਨਕ ਦਾ ਰਾਹ ਫੜੀਏ, ਇਕੱਠੇ ਹੋ ਕੇ ਬਹਿਣ ਦਾ ਰਾਹ ਫੜੀਏ, ਔਰ ਜਿਹੜੀ ਹੈ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਕਰੀਏ। ਸਰਕਾਰ ਦੀ ਵੀ ਸੁਣੀਏ, ਆਪਣੀ ਵੀ ਦੱਸੀਏ, ਅਤੇ ਮਿਡਲ ਪਾਥ ਜਿਹੜਾ ਮਹਾਤਮਾ ਬੁੱਧ ਦਾ ਹੈਗਾ ਮੱਧਮ ਮਾਰਗ, ਉਹਨੂੰ ਅਪਣਾਈਏ ਅਤੇ ਅਪਣਾ ਕੇ ਅਸੀਂ ਜਿਹੜੀ ਹੈ ਸ਼ਾਂਤੀ ਪੰਜਾਬ ਨੂੰ ਬਹਾਲ ਕਰੀਏ। ਫਿਰ ਖੁਸ਼ਹਾਲੀ ਆਏਗੀ, ਫਿਰ ਉਸ ਤੋਂ ਬਾਅਦ ਪੈਸਾ ਵੀ ਆਏਗਾ, ਬਾਹਰੋਂ ਲੋਕ ਵੀ ਆਉਣਗੇ। ਇਹ ਸਾਡਾ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਹੈ, ਇਹ ਪੰਜਾਬ ਕਰਾਂ ਕਿ ਸਿਫਤ ਤੇਰੀ ਤਾਂ ਹੀ ਬਣਨਾ ਜੇ ਅਸੀਂ ਮੁੜ ਕੇ ਉਹੀ ਰਾਹ ਫੜੀਏ ਜਿਹੜੇ ਸਾਡੇ ਬਜ਼ੁਰਗਾਂ ਨੇ ਫੜਿਆ ਹੋਇਆ ਸੀ। ਅਸੀਂ ਉਹ ਨੈਕਸਲਿਜ਼ਮ ਵਾਲਾ ਅਤੇ ਦੂਜਾ ਰਾਹ ਛੱਡ ਦਈਏ, ਉਹਦੇ ਨੇ ਸਾਨੂੰ ਕੋਈ ਲਾਭ ਨਹੀਂ ਦਿੱਤਾ। ਤੁਹਾਡਾ ਸਭ ਦਾ ਧੰਨਵਾਦ, ਮੇਰੀ ਫਿਰ ਬੇਨਤੀ ਆ, ਉਹ ਇਕੱਠੇ ਹੋ ਕੇ ਬੈਠੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।